ਦੇ ਸੈਸ਼ਨ ਦੇ ਵਿੱਚ ਕਿੰਨੇ ਮਸਲੇ ਨੇ ਪੰਜਾਬ ਦੇ ਲੋਕਾਂ ਦੇ ਅਸੀਂ ਮੀਡੀਆ ਨੂੰ ਬਿਹਤਰ ਕਰਨ ਦੇ ਹਾਲ ਕਰੇ ਉਹ ਹਨ ਮੈਂ ਮੰਨ ਕਰਦਾ ਕਿ ਗੁਰੂ ਸਾਹਿਬ ਦੀ ਯਾਦ ਦੇ ਵਿੱਚ 5-7 ਦਿਨਾਂ ਦਾ ਸੈਸ਼ਨ ਹੋਵੇ ਜਿਸ ਤਰ੍ਹਾਂ ਅਸੀਂ SVIL ਦੇ ਖਿਲਾਫ ਡਟ ਕੇ ਇੱਕ ਕਾਨੂੰਨ ਲਿਆਂਦਾ ਸੀਗਾ ਟਰਮੀਨੇਸ਼ਨ ਦਾ ਔਰ ਪੰਜਾਬ ਦਾ ਬੂੰਦ ਪਾਣੀ ਦੇਣ ਤੋਂ ਅਨਜਸਟੀਫਾਈਡ ਇਨਕਾਰ ਕਰਦਾ ਸੀ ਉਸੇ ਤਰ੍ਹਾਂ ਇੱਕ ਟਰਮੀਨੇਸ਼ਨ ਦਾ ਕਾਨੂੰਨ ਲਿਆਂਦਾ ਜਾਵੇ ਪੰਜਾਬ ਟਰਮੀਨੇਸ਼ਨ ਆਫ PPS ਐਕਟ ਜਿਹਦੇ ਜਿਹੜੇ 300 ਯੂਨਿਟ ਫਰੀ ਜਨਰਲ ਕੈਟੇਗਰੀ ਨੂੰ ਦੇਣ ਦੇ ਫਰੀ ਬਿਜਲੀ ਸਮਰੱਥ ਹੋਵਾਂਗੇ ਔਰ ਜਿਹੜਾ ਸਾਡਾ ਸੁਪਨਾ ਕਿ 3 ਰੁਪਈਏ ਡੋਮੈਸਟਿਕ ਯੂਜ਼ਰ ਨੂੰ ਔਰ 5 ਰੁਪਈਏ ਇੰਡਸਟਰੀਅਲ ਯੂਜ਼ਰ ਨੂੰ ਉਹ ਸੁਪਨਾ ਫੋਲਟੀ PPS ਸਿਰੇ ਤੋਂ ਰੱਦ ਕੀਤੇ ਜਾਣ ਇਹ ਤੈਅ ਹੋਵੇ ਕਿ ਜਿਹੜੀ PSPCL ਹੈ ਉਹ ਐਕਸੋਰਬਿਟੈਂਟ ਪ੍ਰਾਈਸਿਸ ਦੇ ਉੱਤੇ ਬਿਜਲੀ ਨਾ ਖਰੀਦੇ ਔਰ ਲੋਕ ਹਿੱਤ ਦੇ ਵਿੱਚ ਪੰਜਾਬ ਦੇ ਹਰ ਬਾਸ਼ਿੰਦੇ ਨੂੰ ਸਸਤੀ ਬਿਜਲੀ ਮੁਹੱਈਆ ਕਰਦੇ ਫਰੀ ਹੈ ਦਿੱਲੀ ਵਾਂਗ ਨਹੀਂ ਕਿ 200 ਯੂਨਿਟ ਤੱਕ ਫਰੀ ਹੈ ਔਰ 200 ਤੋਂ 400 50% ਔਰ 400 ਤੋਂ ਉੱਤੇ ਦਾ ਪੂਰਾ ਬਿੱਲ ਪੰਜਾਬ 25% ਬਿਜਲੀ ਆਪਣੀ ਦਿੱਲੀ 1500 ਕਰੋੜ ਰੱਖ ਕੇ ਇੱਕ ਮੁਸ਼ਤ ਉਹਨਾਂ ਦੇ ਸਾਰੇ ਬਿੱਲ ਮਾਫ ਕੀਤੇ ਜਾਣ ਔਰ ਬੋਝ ਤੋਂ ਮੁਕਤ ਕੀਤਾ ਜਾਣ ਪਿਆਰੇ ਪੰਜਾਬੀ ਰੁੱਤਾਂ ਅਕਸਰ ਬਦਲਦੀਆਂ ਰਹਿੰਦੀਆਂ ਨੇ ਪਰ ਅੱਜ ਕੱਲ੍ਹ ਜਿਹੜੀ ਪੰਜਾਬ 'ਚ ਰੁੱਤ ਚੱਲ ਰਹੀ ਹੈ ਨਾ ਉਹ ਮੁੱਦਿਆਂ ਤੋਂ ਭਟਕਾਉਣ ਦੀ ਰੁੱਤ ਚੱਲ ਰਹੀ ਹੈ ਡਿਫਲੈਕਟ ਕਰਨ ਦੀ ਰੁੱਤ ਚੱਲ ਰਹੀ ਹੈ ਔਰ ਮੇਰੀ ਇੱਕੋ ਇੱਕ ਮੰਸ਼ਾ ਹੈ ਕਿ ਪੰਜਾਬੀਆਂ ਨੂੰ ਵਾਪਸ ਮੁੱਦੇ ਦੇ ਉੱਤੇ ਲਿਆ ਕੇ ਖੜਾਵਾਂ ਕਿਉਂਕਿ ਪੰਜਾਬ ਦੇ ਕਲਿਆਣ ਦੇ ਵਿੱਚ ਮੇਰਾ ਕਲਿਆਣ ਔਰ ਸਭ ਦਾ ਕਲਿਆਣ ਨਿਹਿਤ ਹੈ ਪਿਛਲੇ 1 ਮਹੀਨਿਆਂ ਤੋਂ ਮੇਰਾ ਸੰਪਰਕ ਪੰਜਾਬ ਦੇ ਵਿਧਾਇਕਾਂ ਦੇ ਨਾਲ ਬਹੁਤ ਸਾਰੇ ਹਜ਼ਾਰਾਂ ਲੱਖਾਂ ਵਰਕਰਾਂ ਦੇ ਨਾਲ ਅਤੇ ਆਮ ਲੋਕਾਂ ਦੇ ਨਾਲ ਗਲੀਆਂ 'ਚ ਮੁਹੱਲਿਆਂ 'ਚ ਨੁੱਕੜ ਮੀਟਿੰਗਾਂ ਦੇ ਵਿੱਚ ਹੋਇਆ ਰਾਫਤਾ ਹੋਇਆ ਉਹ ਸੰਪਰਕ ਸਾਧ ਕੇ ਇੱਕ ਗੱਲ ਦਾ ਮੈਨੂੰ ਅਹਿਸਾਸ ਹੋਇਆ ਕਿ ਚਾਹੇ ਹਾਈਕਮਾਂਡ ਦਾ 18-ਪੁਆਇੰਟ ਏਜੰਡਾ ਹੋਵੇ ਚਾਹੇ ਸਾਡਾ ਟੋਪ ਪ੍ਰਾਇਰਟੀ ਪਹਿਲ ਦੇ ਆਧਾਰ 'ਤੇ ਜਿਹੜਾ ਅਸੀਂ ਮੁੱਦਾ ਨਿਰਧਾਰਿਤ ਕੀਤਾ ਸੀਗਾ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਵੀ 5 ਮੁੱਦਿਆਂ ਵਾਲਾ ਜਿਹੜੀ ਚੀਫ ਮਿਨਿਸਟਰ ਪੰਜਾਬ ਦੇ ਨਾਲ ਹੋਈ ਸੀ ਚਾਹੇ ਉਹ ਕੋਆਰਡੀਨੇਸ਼ਨ ਕਮੇਟੀ ਦਾ ਮੁੱਦਾ ਹੋਵੇ ਉਹ ਬਿਜਲੀ ਦਾ ਮੁੱਦਾ ਹੈ ਫੋਲਟੀ PPAs ਦਾ ਮੁੱਦਾ ਹੈ ਔਰ ਅੱਜ ਲੋਕ ਆਵਾਜ਼ ਹੈ ਧਰਤੀ ਪਾੜ ਕੇ ਆਉਂਦੀ ਹੈ ਕਿ ਇਹ ਮੁੱਦਾ ਲੋਕ ਹਿੱਤ ਦੇ ਵਿੱਚ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸੋਲਵ ਕੀਤਾ ਜਾਵੇ ਇਸ ਸਮੱਸਿਆ ਦਾ ਪਹਿਲਾ ਸਿੱਧਾ ਅਤੇ ਸਿੰਪਲ ਹੱਲ ਹੈ ਕਿ ਪੰਜਾਬ ਸਰਕਾਰ ਲੋਕ ਹਿੱਤ ਦੇ ਵਿੱਚ ਪਬਲਿਕ ਇੰਟਰਸਟ ਦੇ ਵਿੱਚ ਇੱਕ ਬਿਜਲੀ ਕਾਨੂੰਨ 2003 ਦੇ ਅਧੀਨ ਨਿਰਦੇਸ਼ ਜਾਰੀ ਕਰੇ ਜਿਹੜਾ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਹੈ ਬਿਜਲੀ ਦਾ ਕਿ ਭਾਈ ਤੁਸੀਂ ਆਪਣਾ ਇੱਕ ਟੈਰਿਫ ਆਰਡਰ ਇਸ਼ੂ ਕਰੋ ਜਿਹਦੇ ਅਧੀਨ ਫੇਅਰ ਔਰ ਜਸਟ ਪ੍ਰਾਈਸਿਸ ਦੇ ਉੱਤੇ ਬਿਜਲੀ ਖਰੀਦੀ ਜਾਵੇ ਔਰ ਜਿਹੜੇ ਇਹ ਐਗਜ਼ੋਰਬਿਟੈਂਟ ਪ੍ਰਾਈਸਿਸ ਦੇ ਉੱਤੇ PPA ਸਾਈਨ ਕੀਤੇ ਉਹ ਨਲ ਐਂਡ ਵੋਇਡ ਕਰਾਰ ਦਿੱਤੇ ਜਾਣ ਇਹਦਾ ਸਿੱਧਾ ਸਿੱਧਾ ਫਾਇਦਾ ਕੀ ਹੈ ਪਿਆਰੇ ਪੰਜਾਬੀਓ ਕਿ 50,000 ਕਰੋੜ ਦਾ ਫਾਇਦਾ ਸਿੱਧਾ ਸਿੱਧਾ ਇਸ ਸਟੇਟ ਨੂੰ ਆਊਗਾ ਉਹ ਚੋਰੀ ਉਹ ਚੋਰ ਮੋਰੀ ਇਮੀਜੀਏਟਲੀ ਰੁਕ ਜਾਊਗੀ ਔਰ ਪੰਜਾਬ ਦੇ ਹਰੇਕ ਬਸ਼ਿੰਦੇ ਨੂੰ 1.5 ਤੋਂ 2 ਰੁਪਈਏ ਪਰ ਯੂਨਿਟ ਘੱਟ ਪੈਸੇ ਦੇਣੇ ਪੈਣਗੇ ਔਰ ਹਰ ਪਾਸੇ ਪਾਵਰ ਹੋਊ ਪੰਜਾਬ ਸਰਕਾਰ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਉਹਦੇ ਸਮਰਪਿਤ ਜਿਹੜਾ ਇਹ ਸੈਸ਼ਨ ਬੁਲਾਇਆ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਚਾਨਣ ਮਨਾ ਰਹੇ ਨੇ ਸਾਡੀਆਂ ਜ਼ਿੰਦਗੀਆਂ ਨੂੰ ਸੇਧ ਦੇਣ ਵਾਲਾ ਚਾਨਣ ਮਨਾ ਰਿਹਾ ਲੇਕਿਨ ਉਹਨਾਂ ਦੀ ਵਿਚਾਰਧਾਰਾ ਮਾਨਵਤਾ ਨੂੰ ਸੇਧ ਦੇਣ ਦੇ ਨਾਲ ਸਰਬੱਤ ਦਾ ਭਲਾ ਵੀ ਚਾਹੁੰਦੀ ਹੈ ਔਰ ਇੱਕ
दिन के सैशन दे विच किन्ने ही मसले ने पंजाब दे लोकां दीआं जिंदगियां नूं बेहतर करन दे नाल जुड़े हुए, वह हल नहीं होने। मैं मंग करदा कि गुरु साहब की याद दे विच इक 5-7 दिन का सैशन होवे जिथे होर अहम मसलियां दे नाल ये तरजीह दिती जाए कि जिस तरह असी SVIL दे खिलाफ डट के एक कानून लिया सीगा टर्मीनेशन का और पंजाब का बूंद पानी देने तो अनजस्टिफाइड इनकार करता सी, उस तरह एक टर्मीनेशन का कानून लिया जाए, पंजाब टर्मीनेशन ऑफ PPAs एक्ट जिदे नाल ये फॉल्टी PPAs सिरे तो रद्द किए जान और पंजाब दे लोकां नूं जस्ट और फेयर प्राइसिस दे उत्ते बिजली मिले और ये तय होवे कि जिहड़ी PSPCL है वो एग्जॉर्बिटेंट प्राइसिस दे उत्ते बिजली ना खरीदे और लोक हित दे विच पंजाब दे हर बाशिंदे नूं सस्ती बिजली मुहैया कराई जा सके। पंजाब पहला ही हिंदुस्तान दे विच बिजली सबसिडी दे मामले दे विच सब तो अगे है, 10,000 करोड़ तो उत्ते दी सबसिडी दित्ती जांदी है, किसानी नूं बिजली फ्री है, SC BC BPL ते फ्रीडम फाइटर्स नूं 200 यूनिट तक फ्री है। दिल्ली वांग नहीं कि 200 यूनिट तक फ्री है और 200 तो 400 50% और 400 तो उत्ते पूरे का पूरा बिल आता है और इंडस्ट्री और कमर्शियल नूं किते ज़्यादा टैरिफ है दिल्ली दे विच। इन्ना ही नहीं, पंजाब अपनी प्रोडक्शन करता है, ये प्राइवेट कंपनियां तो प्रोडक्शन करवाता, लखां नूं रोजगार दिंदा है जिहड़ा पंजाब दे सरकारी अदारे बिजली प्रोड्यूस करते हैं और ट्रांसमिशन की भी गल करिए आपां लखां लोकां नूं नौकरी दित्ती जांदी है। सो मेरे हिसाब दे नाल अज पंजाब एक लीडिंग लाइट है बिजली की सबसिडी के मामले दे विच। हुण खुद मुख्तियारी की गल करो, पंजाब 25% बिजली आप प्रोड्यूस करता है, दिल्ली 0। पंजाब ट्रांसमिशन ते डिस्ट्रीब्यूशन सारी सरकारी अदारों तो करता है और लखां लोगों को रोजगार दिंदा है और दिल्ली ये सारा कुछ सरकारी अदारों तो नहीं करवाउंदी, प्राइवेट कंपनियों तो करवाउंदी। PPA रद्द होने के परिणाम स्वरूप जिहड़ी असी 200 यूनिट फ्री बिजली दिंदे आ SC BC BPL ते फ्रीडम फाइटर्स नूं, उहदे नाल नाल असी सब जरगां दे समेत जिहड़े 300 यूनिट फ्री जनरल कैटेगरी नूं देण दे फ्री बिजली समर्थ होवांगे और जिहड़ा साडा सुपना कि 3 रुपये डोमैसटिक यूजर नूं और 5 रुपये इंडस्ट्रियल यूजर नूं उह सुपना साकार होवेगा। जिहड़े गरीब परिवार 2 बल्ब 1 पखा 70-80 हज़ार दे बिल उन्होंने सिर दे उत्ते खड़े ने, पंजाब सरकार एक ऐसा सिस्टम एक ऐसा मैकेनिज़म बनावे ग्रीवेंसिस रिड्रेसल मैकेनिज़म 1200-1500 करोड़ रख के कि यकमुश्त उन्होंने सारे बिल माफ़ किए जान और बोझ तो मुक्त किया जाए।